ਅੱਜ ਜੋ ਮੈਂ ਇਸ ਪਿੰਡ ਦਾ ਨਾਮ ਰੋਸ਼ਨ ਕੀਤਾ ਔਰ ਰਿਤਿਕ ਰੋਸ਼ਨ ਵੀ ਨਹੀਂ ਸੀ ਕਰ ਸਕਦਾ। ਕੈਨੇਡਾ ਲੈ ਜਾਓ ਭਾਜੀ, ਕੈਨੇਡਾ। ਉਹਦੇ ਵਾਸਤੇ ਇੰਗਲਿਸ਼ ਸਿੱਖਣੀ ਪੈਂਦੀ ਹੈ। ਕੈਨੇਡਾ ਜਾਣਾ ਚਾਹੁੰਦਾ ਹਾਂ, ਤੈਨੂੰ ਮੈਂ ਭੇਜਾਂ ਕੈਨੇਡਾ। ਤੇਰੇ ਪਿਓ ਨੇ ਤਾਂ ਕਦੇ ਲੁਧਿਆਣੇ ਵਾਲਾ ਟੋਲ ਨਹੀਂ ਪਾਰ ਕੀਤਾ। ਬ੍ਰਾਂਡਡ ਚਸ਼ਮੇ ਲਾਵਾਂਗੇ, ਬ੍ਰਾਂਡਡ ਕੱਪੜੇ ਪਾਵਾਂਗੇ, ਉਹ ਸਾਡੀ ਹੋਣੀ ਹੈ ਤਰੱਕੀ, ਗੱਲ ਹੈਗੀ ਹੈ ਤਾਂ ਆਈਡੀਆ। ਪੈਸਿਆਂ ਦਾ ਬੰਦੋਬਸਤ ਕਰਕੇ ਆ ਜਾਓ ਚਾਵਲੇ ਕੋਲ ਤੇ ਮੈਂ ਚੜਾਉਂ ਤੁਹਾਨੂੰ ਜਹਾਜ਼ ਕੈਨੇਡਾ। ਗੱਲ ਹੈ ਕੈਨੇਡਾ, ਜੇ ਮਾਨਣੀ ਹੈ ਡੈਡੀ ਜੀ ਦੀ ਕਿਡਨੀ ਵੀ ਵੇਚੀ ਨਾ ਵੀਰੇ, ਤਾਂ ਵੀ 3 ਕੁ ਲੱਖ ਰੁਪਈਆ ਮਿਲਣਾ। ਮੈਂ ਬਸ ਕੈਨੇਡਾ ਜਾਣਾ ਚਾਹੁੰਦਾ, ਗੱਲ ਖਤਮ। ਤੇਰੇ ਕਹਿਣ ਦਾ ਮਤਲਬ ਤੂੰ ਸਾਨੂੰ ਛੱਡ ਕੇ ਚਲੇ ਜਾਏਗਾ? ਜੇ ਤੁਸੀਂ ਦੋਵਾਂ ਨੇ ਕੈਨੇਡਾ ਨਹੀਂ ਜਾਣਾ ਨਾ, ਫਿਰ ਮੇਰਾ ਜਾਣਾ ਵੀ। ਸ਼ੀਸ਼ੇ ਦਾ ਗਲਾਸ ਵਿੱਚ ਦਾਰੂ। ਸਤਿ ਸ਼੍ਰੀ ਅਕਾਲ ਭੈਣ ਜੀ, 120 ਫੁੱਟ ਰੋਡ ਡਾਂਸ ਮੰਦਾ ਕਿੱਧਰ ਨੂੰ ਪਊਗਾ ਜੀ? ਹੋ ਨਾ ਲਾਇਆ ਹੋ ਜਾ ਥਾਈ ਫੈਂਤਾ। ਹੌਲੇ ਹੌਲੇ ਹੋਈ ਜਾਂਦਾ ਦਿਲ ਬਦਮਾਸ਼। ਤੁਹਾਡੀ ਬੈਂਕਾਕ ਦੇ ਵਿੱਚ ਨਾ ਅੱਜ ਆਖਰੀ ਰਾਤ ਹੈ, ਐਸ਼ਾ ਲੁੱਟੋ। ਹੌਲੇ ਹੌਲੇ ਹੋਈ ਜਾਂਦਾ ਦਿਲ ਬਦਮਾਸ਼, ਬਣੀ ਹੈ ਰਾਤ ਸਾਰੀ, ਤੂੰ ਕਰ ਤਿਆਰੀ, ਸਾਡੇ ਨਾਲ ਨੱਚੀ, ਸਾਡੇ ਨਾਲ ਸਵੇਰ ਤੱਕ ਨੱਚ ਲਗਾਤਾਰ। ਯਾਰ ਮੈਨੂੰ ਤਾਂ ਕੁਝ ਸਮਝ ਨਹੀਂ ਆ ਰਹੀ, ਮੈਂ ਕਰਾਂ ਕੀ ਯਾਰ? ਤੂੰ ਨਾ ਕਿਸੇ ਅਮੀਰ ਬੰਦੇ ਦੇ ਘਰ ਚੋਰੀ ਕਰ ਤੇ ਉਹਨਾਂ ਦੇ ਪੈਸੇ ਯੂਜ਼ ਕਰਕੇ ਕੈਨੇਡਾ। ਪਾਗਲ ਤੇ ਨਹੀਂ ਹੋ ਗਿਆ ਤੂੰ? ਮਿਸਿਸ ਕਬੀਰ ਦਾ ਕਿਡਨੈਪ? ਤੂੰ ਐਂ ਦੱਸ, ਤੇਰੀ ਭਰਜਾਈ ਹੈ ਇੱਧਰ ਆਈ ਹੈ? ਜਿੰਨੀ ਛੇਤੀ ਹੋ ਸਕਦਾ ਬੈਂਕਾਕ ਤੋਂ ਨਿਕਲ ਜਾਓ, ਅਸੀਂ ਸਰ ਕੈਨੇਡਾ ਚਲੇ ਆ। ਓ ਯਾਰ ਕੈਨੇਡਾ ਜਾਓ ਚਾਹੇ ਰੋਪੜ ਜਾਓ, ਇੱਥੋਂ ਨਿਕਲ ਜਾਓ। ਤੁਹਾਡੀ ਸੁਪਾਰੀ ਬੱਬੂ ਡੌਨ ਨੂੰ ਦੇ ਦਿੱਤੀ ਹੈ। ਭਾਜੀ ਤੁਹਾਨੂੰ ਕਿਦਾਂ ਪਤਾ ਹੈਗੀ ਕਿ ਉਹ ਕੈਨੇਡਾ ਦੀ ਜਹਾਜ਼ ਹੈ? ਪੰਜਾਬ ਚ ਹੋਰ ਵੀ ਕਿਹਾ ਜਹਾਜ਼ ਕਦੀ ਕਿਤੇ?